ਪ੍ਰੋਗਰਾਮ ਮਨ ਕੀ ਬਾਤ ਵਿਚ ਪੰਜਾਬੀ ਟ੍ਰਿਬਿਊਨ ਦੀ ਵਿਆਖਿਆ ਇਸ ਪ੍ਰਕਾਰ ਹੈ। ਫਰੰਟ ਪੇਜ ਤੇ ਬਹੁਤ ਸੋਹਣੀ ਐਡ ਹੈ, 30 ਦਿਨਾਂ ਦਾ ਰਿਪੋਰਟ ਕਾਰਡ ਵੱਲੋਂ ਭਗਵੰਤ ਮਾਨ। ਸ਼ੁਕਰ ਹੈ ਇਕੱਲੇ ਭਗਵੰਤ ਮਾਨ ਦੀ ਫੋਟੋ ਦੇ ਨਾਲ ਕੰਜਰ ਕੇਜਰੀਵਾਲ ਦੀ ਫੋਟੋ ਨਹੀਂ ਲਾਈ, ਉਹ ਖੋਤਾ ਆਦਮੀ ਹੈ। 1 ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ, ਇਹ ਵੀ ਬਕਵਾਸ ਹੈ। ਅਜੇ ਸੋਚੀ ਪਏ ਹੋਏ ਨੇ ਕਿਹਨਾਂ ਨੂੰ ਦੇਣੀ ਹੈ ਕਿਹਨਾਂ ਨੂੰ ਨਹੀਂ ਦੇਣੀ। ਮੇਰੇ ਹਿਸਾਬ ਨਾਲ ਇਹ ਫੈਸਲਾ ਕਰਨਾ ਹੀ ਗਲਤ ਸੀ ਕਿ ਬਿਜਲੀ ਫ੍ਰੀ ਦੇਵਾਂਗੇ। ਪੰਜਾਬ ਵਾਸੀਆਂ ਨੂੰ ਕਸਿਆਰੇ ਨਾ ਬਣਾਓ, ਸਾਨੂੰ ਕੁਛ ਫ੍ਰੀ ਨਹੀਂ ਚਾਹੀਦਾ, ਸਾਨੂੰ ਰੁਜ਼ਗਾਰ ਚਾਹੀਦਾ। ਸਭ ਨੂੰ ਪਿਆਰ, ਸਭ ਨੂੰ ਰੁਜ਼ਗਾਰ, ਇਹ ਪੰਜਾਬ ਦਾ ਨਾਰਾ ਹੋਣਾ ਚਾਹੀਦਾ ਹੈ। ਦਬ ਕੇ ਵਾਹ ਤੇ ਰਾਜ ਕੇ ਖਾ। ਭਗਵੰਤ ਮਾਨ ਜੀ ਕੇਜਰੀਵਾਲ ਨੂੰ ਉਕਲ ਦਿਓ, ਉਹ ਮੈਂਟਰ ਹੈਗਾ, ਕੁੱਤਾ ਆਦਮੀ ਹੈ, ਉਹ ਲਾਲਚ ਦੇ ਕੇ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਹੈ। ਤੇ ਮੋਦੀ ਵੀ ਖੋਤਾ, ਕੇਜਰੀਵਾਲ ਵੀ ਖੋਤਾ, ਤੁਸੀਂ ਸਿਆਣੇ ਹੋ ਤੇ ਇਹ ਫੈਸਲਾ ਵਾਪਸ ਲੈ ਲਓ, ਕੋਈ ਬਿਜਲੀ ਫ੍ਰੀ ਨਹੀਂ ਦੇਣੀ ਕਿਸੇ ਨੂੰ। ਦੂਜਾ ਹੈ, ਭਗਵੰਤ ਮਾਨ ਨੇ ਲਿਖਿਆ ਵੀ ਐਂਟੀ ਕਰਪਸ਼ਨ ਐਕਸ਼ਨ ਲਾਈਨ ਦੀ ਸ਼ੁਰੂਆਤ, ਸਭ ਤੋਂ ਪਹਿਲਾਂ ਕੇਜਰੀਵਾਲ ਨੂੰ ਅੰਦਰ ਦਿਓ, ਜਿਹਨੇ ਕਿ 1000 ਰੁਪਏ ਬੀਬੀਆਂ ਦਿਆਂਗੇ ਤੇ ਫ੍ਰੀ ਬਿਜਲੀ ਦਿਆਂਗੇ, ਇਹ ਵੀ ਕਰਪਸ਼ਨ ਨੇ। ਉਸ ਕੇਸ ਵਿੱਚ ਕੇਜਰੀਵਾਲ ਨੂੰ ਅੰਦਰ ਜਾਣਾ ਚਾਹੀਦਾ। 25,000 ਨਵੀਆਂ ਸਰਕਾਰੀ ਨੌਕਰੀਆਂ ਦਾ ਐਲਾਨ, ਸੋ ਇਹ ਬਿਜਲੀ ਫ੍ਰੀ ਦੇਣ ਦੀ ਬਜਾਏ ਨੌਕਰੀਆਂ ਵਧਾਓ, ਭਗਵੰਤ ਮਾਨ ਜੀ ਧਿਆਨ ਕਰੋ। 35,000 ਠੇਕਾਦਾਰ ਮੁਲਾਜ਼ਮ ਰੈਗੂਲਰ ਹੋਣਗੇ, ਜਦੋਂ ਹੋਣਗੇ ਦੇਖਾਂਗੇ। ਰਾਸ਼ਨ ਦੀ ਘਰਾਂ ਤੱਕ ਡਿਲੀਵਰੀ ਦਾ ਐਲਾਨ, ਇਹ ਜਦੋਂ ਕਰੋਗੇ ਤਾਂ ਜਾਣਾਂਗੇ, ਮੈਂ ਗੱਲਾਂ ਜਵਾਬ ਨਹੀਂ ਕਰਦਾ ਹੁੰਦਾ। ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਨਾ ਵਧਾਉਣ ਦੇ ਨਿਰਦੇਸ਼, ਚੰਗੀ ਗੱਲ ਏ। ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਅਤੇ SSP ਅਤੇ ਪੁਲਿਸ ਕਮਿਸ਼ਨਰਾਂ ਨੂੰ ਗੈਂਗਸਟਰਾਂ ਵਿਕਸਿਤ ਕਾਰਵਾਈ ਆਦੇਸ਼, ਬੜੀ ਸਿਆਣੀ ਗੱਲ ਏ। ਨਿਰੰਤਰ ਕੋਸ਼ਿਸ਼ਾਂ ਸਦਕਾ ਪੇਂਡੂ ਵਿਕਾਸ ਫੰਡ ਲਈ 1,000 ਕਰੋੜ ਰੁਪਏ ਤੋਂ ਵੱਧ ਪ੍ਰਾਪਤ ਕੀਤੇ, ਚੰਗੀ ਗੱਲ ਏ। ਸਰਕਾਰ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਦੀਆਂ ਤਸਵੀਰਾਂ, ਇਹ ਬਹੁਤ ਗਲਤ ਗੱਲ ਏ, ਕਿਉਂਕਿ ਜਿੱਥੇ ਕਿਸੇ ਵਿਸ਼ਵਾਸ ਹੋਵੇ ਉਹ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਮਹਾਤਮਾ ਗਾਂਧੀ ਦੀ ਫੋਟੋ ਲੱਗੀ ਰਹਿੰਦੀ, ਨਹਿਰੂ ਦੀ ਫੋਟੋ ਲੱਗੀ ਰਹਿੰਦੀ, ਨਾਲੇ ਵੀ ਲਾ ਲੈਂਦੇ, ਅਤੇ ਮੈਂ ਕਹਿੰਦਾ ਸਾਰੀਆਂ ਫੋਟੋਆਂ ਹਟਾਓ ਅਤੇ ਫੋਟੋਆਂ ਲਾਓ 10 ਗੁਰੂ ਸਾਹਿਬਾਨ ਦੀਆਂ, ਫੋਟੋਆਂ ਸ਼੍ਰੀ ਰਾਮ ਚੰਦਰ ਜੀ ਦੀਆਂ, ਕ੍ਰਿਸ਼ਨ ਜੀ ਦੀਆਂ, ਹਨੂੰਮਾਨ ਜੀ ਦੀਆਂ, ਸ਼ਿਵ ਜੀ ਦੀਆਂ, ਹਜ਼ਰਤ ਮੁਹੰਮਦ ਸਾਹਿਬ ਦੀਆਂ, ਯਸੂ ਮਸੀਹ ਦੀਆਂ, ਇਹ ਬਾਕੀ ਤਾਂ ਸਾਰੇ ਸਿਆਸੀ ਬੰਦੇ ਨੇ, ਅਤੇ ਹਾਂ ਅੰਬੇਦਕਰ ਵਿੱਚੋਂ ਸਿਆਣਾ ਹੈ ਜ਼ਰੂਰ, ਹੈ ਉਹਦੀ ਜ਼ਰੂਰ ਲਾ ਦਿਓ ਨਾਲ ਫੋਟੋ। ਕਿਸਾਨਾਂ ਨੇ 101 ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਜਾਰੀ ਕੀਤਾ, ਸਿਆਣੀ ਗੱਲ ਹੈ। 1 ਵਿਧਾਇਕ ਪੈਨਸ਼ਨ, ਆਈ ਐਪਰੀਸ਼ੀਏਟ। ਸਾਰੇ ਵਿਧਾਇਕਾਂ ਤੋਂ ਵਾਧੂ ਸੁਰੱਖਿਆ ਵਾਪਸ ਲਈ, ਵਾਹ ਵਾਹ, ਬਲੇ ਬਲੇ ਭਗਵੰਤ ਮਾਨ ਜੀ। 23 ਮਾਰਚ ਨੂੰ ਸ਼ਹੀਦੀ ਦਿਵਸ ਮੌਕੇ ਸਰਕਾਰੀ ਛੁੱਟੀ ਦਾ ਐਲਾਨ, ਛੁੱਟੀਆਂ ਨਾ ਵਧੀਆਂ ਕਰਿਆ ਕਰੋ, ਕੱਲ੍ਹ ਵਿਸ਼ਵਾਸ ਕਰਿਆ ਕਰੋ। ਵਿਧਾਇਕਾਂ ਨੂੰ ਆਮ ਜਨਤਾ ਲਈ 24 ਘੰਟੇ ਰਹਿਣ ਦਾ ਆਦੇਸ਼, ਹੋਣਗੇ ਜਾਣਾਂਗੇ, ਇਹ ਐਵੇਂ ਗੱਲਾਂ ਹੀ ਨੇ। ਕਿਸਾਨਾਂ ਨੂੰ ਜਿਨਸ ਦੇ ਕੇ ਦਾਣੇ ਦੀ ਨਿਰਵਿਘਨ ਖਰੀਦ ਦਾ ਭਰੋਸਾ, ਆ ਵੇਖ ਲਓ ਕੰਜਰ ਸੈਂਟਰ ਦਖਲ ਦੇ ਕੇ ਕੀ ਕੰਜਰ ਗਾਰਡ ਵਰਤਾ ਰਿਹਾ, ਮੋਦੀ ਨੂੰ ਕੁੱਟ ਪੈਣ ਵਾਲੀ, ਭਗਵੰਤ ਮਾਨ ਜੀ ਮੇਰੇ ਵੱਲੋਂ 5 ਥੱਪੜ ਦਾਣਾ ਮੋਦੀ ਨੂੰ। ਸਾਰੇ ਡਿਪਟੀ ਕਮਿਸ਼ਨਰਾਂ ਨੂੰ 1 ਮਹੀਨੇ ਦੇ ਅੰਦਰ ਮੁੜ ਸੇਵਾ ਕੇਂਦਰਾਂ ਨੂੰ ਅਪਗ੍ਰੇਡ ਕਰਨ ਦੇ ਨਿਰਦੇਸ਼, ਬੜੀ ਸਿਆਣੀ ਗੱਲ ਏ। ਤੇ ਬੋਲੇ ਸੋਨਹਾਲ, ਸਤਿ ਸ੍ਰੀ ਅਕਾਲ।